ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗਰਮੀ ਦਾ ਮੌਸਮ ਆ ਜੇ, ਗਰਮੀ ਫੁੱਲ ਜ਼ੋਰਾਂ 'ਤੇ ਆ, ਅਤੇ ਕਈ ਵਾਰ ਆਪਣੇ ਨਾ ਗਰਮੀ ਦੀ ਮੌਸਮ ਵਿੱਚ ਖਾਧਾ ਪੀਤਾ ਹਜ਼ਮ ਨਹੀਂ ਆਉਂਦਾ ਹੈਗਾ। ਜੇ ਆਪਾਂ ਖਾ ਵੀ ਲੈਂਦੇ ਹਾਂ ਆਪਾਂ ਨਾ, ਜੀ ਕੱਚਾ ਕੱਚਾ ਹੋਈ ਜਾਂਦਾ, ਇਸ ਤਰ੍ਹਾਂ ਲੱਗੀ ਜਾਂਦਾ ਵੀ ਉਲਟੀ ਆਊਗੀ। ਅਤੇ ਆਪਣਾ ਸਭ ਤੋਂ ਵੱਡੀ ਗੱਲ ਵੀ ਪੇਟ ਨਹੀਂ ਸਹੀ ਰਹਿੰਦਾ ਹੈਗਾ। ਅਤੇ ਪੇਟ ਸਹੀ ਰੱਖਣ ਵਾਸਤੇ ਜੀ, ਅੱਜ ਮੈਂ ਤੁਹਾਨੂੰ 4-5 ਜੂਸ ਦੱਸਾਂਗੀ। ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਬਦ ਹਜ਼ਮੀ ਦੀ ਸ਼ਿਕਾਇਤ ਹੋ ਗਈ ਆ, ਫਿਰ ਤੁਸੀਂ ਇਹ ਜੂਸ ਪੀ ਸਕਦੇ ਹਾਂ। ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਰਾਹਤ ਮਿਲੇਗੀ। ਸਭ ਤੋਂ ਪਹਿਲਾਂ ਹੈਗਾ ਜੀ ਸੰਗਤਰੇ ਦਾ ਜੂਸ। ਸੰਗਤਰੇ ਦਾ ਜੂਸ ਆ ਜਿਹੜਾ, ਇਹਦੇ ਵਿੱਚ ਵਿਟਾਮਿਨ ਸੀ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਹੈ। ਇਹ ਪੀਣ ਨਾਲ ਨਾ ਆਪਣਾ ਜਿਹੜਾ ਪਾਚਣ ਤੰਤਰ ਆ ਉਹ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਹੈ। ਇਹਦੇ ਵਿੱਚ ਫਾਈਬਰ ਵੀ ਹੁੰਦਾ ਹੈ, ਇਸ ਲਈ ਇਹ ਨਾ ਆਪਣੀ ਬਦ ਹਾਜ਼ਮੀ ਦੀ ਸਮੱਸਿਆ ਹੈ ਜਿਹੜੀ, ਉਹਨੂੰ ਬਹੁਤ ਛੇਤੀ ਠੀਕ ਕਰਦਾ ਹੈ। ਤੁਸੀਂ ਇੱਕ ਗਲਾਸ ਸੰਗਤਰੇ ਦਾ ਜੂਸ ਜ਼ਰੂਰ ਪੀਓ। ਤੁਹਾਡੀ ਨਾ ਜਿਹੜੀ ਬਦ ਹਾਜ਼ਮੀ ਦੀ ਸ਼ਿਕਾਇਤ ਆ, ਖਾਧਾ ਪੀਤਾ ਹਜ਼ਮ ਜਿਹਾ ਨਹੀਂ ਹੋ ਰਿਹਾ, ਉਹ ਤੁਹਾਨੂੰ ਤੁਰੰਤ ਤੁਸੀਂ ਠੀਕ ਹੋ ਜਾਓਗੇ। ਅਤੇ ਜਿਹੜੇ ਤੁਹਾਡੇ ਸਰੀਰ ਦੇ ਵਿੱਚ ਗਰਮੀ ਕਰਕੇ ਖੂਨ ਦੀ ਘਾਟ ਹੋ ਗਈ ਆ, ਉਹਨੂੰ ਵੀ ਇਹ ਠੀਕ ਕਰਦਾ ਹੈ। ਅਤੇ ਦੂਸਰਾ ਹੈਗਾ ਜੀ ਨਿੰਬੂ ਪਾਣੀ, ਜੋ ਕਿ ਬਹੁਤ ਹੀ ਸਸਤਾ ਅਤੇ ਈਜ਼ੀ ਜੀ ਆਪਾਂ ਘਰ ਬਣਾ ਸਕਦੇ ਹਾਂ ਅਤੇ ਪੀ ਸਕਦੇ ਹਾਂ। ਨਿੰਬੂ ਪਾਣੀ ਦੇ ਵਿੱਚ ਵਿਟਾਮਿਨ ਸੀ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਹੈ। ਇਹ ਆਪਣੇ ਪੇਟ ਵਾਸਤੇ, ਬਦ ਹਾਜ਼ਮੀ ਵਾਸਤੇ, ਕਬਜ਼ ਵਾਸਤੇ, ਜੋ ਵੀ ਆਪਣੇ ਢਿੱਡ ਦੀਆਂ ਸਮੱਸਿਆਵਾਂ ਏ ਉਹਨਾਂ ਵਾਸਤੇ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਨਿੰਬੂ ਪਾਣੀ ਤਾਂ ਪੀਣ ਨਾਲ ਆਪਣਾ ਭਾਰ ਵੀ ਘੱਟਦਾ ਹੈ ਅਤੇ ਸਰੀਰ ਨੂੰ ਇਹ ਹਾਈਡਰੇਟ ਵੀ ਰੱਖਦਾ ਹੈ। ਅਤੇ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਲੱਗੇ ਵੀ ਚੱਕਰ ਆ ਰਹੇ ਆ ਜਾਂ ਤੁਹਾਡਾ ਵੀ ਪੇਟ ਨਹੀਂ ਠੀਕ ਹੈਗਾ, ਤਾਂ ਤੁਸੀਂ ਜਦੇ ਨਿੰਬੂ ਪਾਣੀ ਸਕੰਜਵੀਂ ਬਣਾ ਕੇ ਪੀ ਸਕਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਰਾਹਤ ਮਿਲੇਗੀ। ਅੱਗੇ ਹੈਗਾ ਜੀ ਸੇਬ ਦਾ ਜੂਸ। ਸੇਬ ਦਾ ਜੂਸ ਆ ਜਿਹੜਾ, ਉਹ ਆਪਣੇ ਨਾ ਪਾਚਨ ਤੰਤਰ ਨੂੰ ਬਹੁਤ ਮਜ਼ਬੂਤ ਬਣਾਉਂਦਾ ਹੈ ਅਤੇ ਜਿਹੜੀ ਆਪਣੀ ਪਾਚਨ ਸ਼ਕਤੀ ਆ ਉਹਨੂੰ ਵੀ ਉਹ ਵਧਾਉਂਦਾ ਹੈ। ਇਸ ਤੋਂ ਇਲਾਵਾ ਜਿਹੜਾ ਸੇਬ ਆ ਇਹਦੇ ਵਿੱਚ ਆਇਰਨ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਹੈ। ਅਤੇ ਸੇਬ ਦਾ ਜੂਸ ਪੀਣ ਨਾਲ ਵੀ ਤੁਹਾਨੂੰ ਬਦ ਹਾਜ਼ਮੀ ਦੀ ਸਮੱਸਿਆ ਹੋਵੇ ਤਾਂ ਤੁਹਾਨੂੰ ਤੁਰੰਤ ਇਹਦੇ ਨਾਲ ਆਰਾਮ ਮਿਲ ਜਾਂਦਾ ਹੈ। ਅਤੇ ਅੱਗੇ ਹੈਗਾ ਜੀ ਤਰਬੂਜ ਦਾ ਜੂਸ। ਤਰਬੂਜ ਗਰਮੀਆਂ ਦੇ ਮੌਸਮ ਵਿੱਚ ਆਪਾਂ ਨੂੰ ਆਸਾਨੀ ਨਾਲ ਮਿਲ ਜਾਂਦੇ ਆ ਜੀ, ਅਤੇ ਬਹੁਤੇ ਜ਼ਿਆਦਾ ਮਹਿੰਗੇ ਵੀ ਨਹੀਂ ਹੁੰਦੇ ਹੈਗੇ। ਇਹਨਾਂ ਦਾ ਤੁਸੀਂ ਜੂਸ ਕੱਢ ਕੇ ਪੀਓ ਅਤੇ ਵੱਧ ਖਾਓ। ਇਹ ਤਰਬੂਜ ਦੇ ਵਿੱਚ ਨਾ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਹ ਸਾਡੇ ਸਰੀਰ ਨੂੰ ਠੰਡਕ ਦਿੰਦਾ ਹੈ ਅਤੇ ਸਾਨੂੰ ਹਾਈਡਰੇਟ ਰੱਖਦਾ ਹੈ ਅਤੇ ਸਾਡਾ ਜਿਹੜਾ ਪਾਚਨ ਤੰਤਰ ਆ ਉਹਨੂੰ ਇਹ ਸਾਫ਼ ਰੱਖਦਾ ਹੈ। ਇਸ ਲਈ ਗਰਮੀਆਂ ਦੇ ਮੌਸਮ ਵਿੱਚ ਜੇ ਜਦੋਂ ਵੀ ਤੁਹਾਨੂੰ ਬਦ ਹਾਜ਼ਮੀ ਦੀ ਸਮੱਸਿਆ ਹੋਵੇ ਤਾਂ ਤੁਸੀਂ ਇੱਕ ਗਲਾਸ ਤਰਬੂਜ ਦਾ ਜੂਸ ਜ਼ਰੂਰ ਪੀਣਾ, ਤੁਹਾਨੂੰ ਤੁਰੰਤ ਰਾਹਤ ਮਿਲੇਗੀ। ਅਤੇ ਅੱਗੇ ਹੈਗਾ ਜੀ ਅਨਾਨਾਸ ਦਾ ਜੂਸ। ਅਨਾਨਾਸ ਵਿੱਚ ਮੌਜੂਦ ਤਰਲ ਪਦਾਰਥ ਨਾ ਪਾਣੀ ਢਿੱਡ ਸੰਬੰਧੀ ਸਮੱਸਿਆ ਨੂੰ ਬਹੁਤ ਜ਼ਿਆਦਾ ਆਪਣੇ ਨੂੰ ਫਾਇਦਾ ਦਿੰਦਾ ਹੈ। ਇਹਦੇ ਵਿੱਚ ਨਾ ਬਹੁਤ ਜ਼ਿਆਦਾ ਗੁਣ ਹੁੰਦੇ ਆ ਜੋ ਸਾਡੇ ਢਿੱਡ ਵਾਸਤੇ ਬਹੁਤ ਵਧੀਆ ਹੁੰਦੇ ਆ। ਇਸ ਲਈ ਜਦੋਂ ਵੀ ਤੁਹਾਨੂੰ ਬਦ ਹਾਜ਼ਮੀ ਦੀ ਸਮੱਸਿਆ ਹੋਵੇ ਤਾਂ ਤੁਸੀਂ ਅਨਾਨਾਸ ਦਾ ਜੂਸ ਕੱਢ ਕੇ ਪੀ ਸਕਦੇ ਹੋ ਜੀ। ਅਤੇ ਗਰਮੀਆਂ ਦੇ ਮੌਸਮ ਵਿੱਚ ਵੀ ਤੁਸੀਂ ਇੰਜੋਏ ਕਰ ਸਕਦੇ ਹੋ। ਪਲੀਜ਼ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ ਜੀ, ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ। ਥੈਂਕ ਯੂ ਸੋ ਮੱਚ।